ਆ 3 ਪਾਉਂਡ ਦਾ ਆ ਬੇਲਣਾ ਠੀਕ ਆ ਆ ਹੈਗਾ 5 ਪਾਉਂਡ ਦਾ ਸੋ ਜੇ ਤੁਸੀਂ ਉੱਪਰ ਆ ਦੇਖੋ ਲਿਖਿਆ ਹੋਇਆ ਇਹਦਾ ਪ੍ਰਾਈਸ ਕਰਦਾ ਬਾਕੀ ਚਾਹ ਪੀਣ ਦਾ ਸਾਡੇ ਸੰਗਰੂਰੀਆ ਨੂੰ ਬੜਾ ਚਾਹ ਹੁੰਦਾਗਾ ਚਾਹ ਵੀ ਨਹੀਂ ਹੋਈ ਦੀ ਹੈਗੀ ਜਿਹੜੀ ਇੰਡੀਆ 'ਚ ਮਿਲਦੀ ਤੀ ਮੈਂ ਤਾਂ 2 ਦਿਨ ਭੁੱਖੀ ਰਹਿ ਕੇ ਕੱਟਿਆਂਗਾ ਕਿਤੇ ਗੁਰਦੁਆਰਾ ਮਿਲਿਆ ਜਾ ਕੇ ਫਿਰ ਉੱਥੇ ਖੰਡ ਵੱਧ ਪਾ ਕੇ ਪੀ ਕੇ ਆਇਆ ਭਰਾ ਜੀ ਚਾਵਾਂ ਜੇ ਕਿਸੇ ਨੂੰ ਚਾਵਾਂ ਚਾਹੀਦਾ ਨਾ ਇੱਦਾਂ ਨਾ ਹੁਣ ਕਿਉਂ ਭਾਜੀ ਸਾਨੂੰ ਆਹ ਸੂਟ ਭੇਜ ਦੇ ਲੈ ਕੇ ਹਨਾ ਵੀ ਰੰਗ ਰੁੰਗ ਕਿਸੇ ਨੂੰ ਪਸੰਦ ਆ ਗਿਆ ਇੱਥੇ ਆਉਣਾ ਪੈਣਾ ਤੁਹਾਨੂੰ ਜਿਹੜਾ ਉੱਦਾਂ ਦਾ ਬੈਗ ਹੋਊਗਾ ਨਾ ਉਹਦਾ ਮਤਲਬ ਇਹ ਆ ਕਿ ਤੁਸੀਂ ਆਪਣਾ ਇਹਦੇ ਵਿੱਚ ਲੈਪਟਾਪ ਵੀ ਪਾ ਸਕਦੇ ਆ ਕਿੱਦਾਂ ਵਲੈਤੀ ਉਹ ਕੀ ਹਾਲ ਚਾਲ ਆ ਆਸ ਆ ਤੁਸੀਂ ਸਾਰੇ ਚੜ੍ਹਦੀ ਕਲਾ ਚਾਹੁੰਗੇ ਹਾਂਜੀ ਆਪਾਂ ਵੀ ਠੀਕ ਹਾਂ ਰਾਜੀ ਖੁਸ਼ੀ ਹਾਂ ਅਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਸੀ ਕਿ ਮੇਰੇ ਨਾਲ ਨਾ ਅੱਜ ਘੁੰਮਣਾ ਤੁਸੀਂ ਕਿੰਨੇ ਕਿੰਨੇ ਘੁੰਮਣਾ ਆ ਜਾਓ ਆਪਾਂ ਘੁੰਮਦੇ ਹਾਂ ਠੀਕ ਹੈ ਅਤੇ ਕੈਮਰਾਮੈਨ ਨੂੰ ਵੀ ਘੁੰਮਾਉਂਦੇ ਹਾਂ ਇੱਕ ਦੋ ਜਣੇ ਹੋਰ ਆ ਉਹਨਾਂ ਨੂੰ ਵੀ ਘੁੰਮਾਉਂਦੇ ਹਾਂ ਠੀਕ ਹੈ ਆਪਾਂ ਕਿੱਥੇ ਹਾਂ ਇਹ ਹੈਗੀ ਆ ਬੁੱਲ ਰਿੰਗ ਦੇ ਨਾਲ ਹੀ ਬਿਲਕੁਲ ਮਾਰਕੀਟ ਆ ਠੀਕ ਆ ਜੇ ਇੱਥੇ ਤੁਹਾਨੂੰ ਮੈਂ ਦਿਖਾਵਾਂ ਉਹ ਪਿੱਛੇ ਦਿਖਦਾ ਹੁਣ ਕੱਪੜਿਆਂ ਦੀਆਂ ਸ਼ੋਪਾਂ ਆ ਹੋਰ ਆ ਜਿਹੜੇ ਸੇਫਟੀ ਸ਼ੂਜ਼ ਹੁੰਦੇ ਆ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਮਹਿੰਗੇ ਸਮਾਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਆ ਪਹਿਲਾਂ ਪਹਿਲਾਂ ਜਦੋਂ ਨਵਾਂ ਨਵਾਂ ਬੰਦਾ ਆਉਂਦਾ ਜਾਂ ਉੱਦਾਂ ਵੀ ਤੁਸੀਂ ਇੱਥੇ ਵੀ ਰਹਿੰਦੇ ਆ ਠੀਕ ਆ ਇੱਥੇ ਮਾਰਕੀਟ 'ਚ ਬਹੁਤ ਸਸਤੀਆਂ ਸਸਤੀਆਂ ਚੀਜ਼ਾਂ ਮਿਲ ਜਾਂਦੀਆਂ ਹੁੰਦੀਆਂ ਫਰੂਟ ਵੈਜੀਟੇਬਲਸ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਤੁਸੀਂ ਲੈ ਚੱਲਦੇ ਆ ਅਤੇ ਲੈ ਸਕਦੇ ਆ ਬੜੇ ਆਰਾਮ ਨਾਲ ਲੈ ਸਕਦੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਆ ਆ ਜਾ ਚੱਲਦੇ ਹਾਂ ਆਪਾਂ ਕਿੱਦਾਂ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਚਾਚੀ ਦੀ ਤੇਰੀ ਤਾਈ ਦੀ ਅਤੇ ਮੇਰੀ ਵੀ ਜਾਨ ਆ ਤੂੰ ਸੋਹਣੀ ਹੈ ਨਾ ਇਹ ਜੋਕ ਮੈਨੂੰ ਕਿੰਨੇ ਚਿਰ ਦਾ ਹੀ ਆਇਆ ਸੀਗਾ ਮੈਂ ਕਿਹਾ ਮੈਂ ਹੁਣ ਕੱਢ ਦੇਵਾਂ ਇਹਨੂੰ ਨਹੀਂ ਤਾਂ ਫਿਰ ਇਹ ਵਿੱਚ ਹੀ ਫਸਿਆ ਰਹਿਣਾ ਅਤੇ ਹਾਂਜੀ ਆ ਜਾਓ ਫਿਰ ਚੱਲਦੇ ਹਾਂ ਵੀਡੀਓ ਐਂਡ ਤੱਕ ਦੇਖ ਲਿਓ ਤੁਹਾਨੂੰ ਘੁਮਾਉਣਾ ਫਿਰਾਉਣਾ ਆ ਸ਼ੋਪਾਂ ਦਿਖਾਉਣੀਆਂ ਥੋੜ੍ਹਾ ਜਿਹਾ ਆਲਾ ਦੁਆਲਾ ਦਿਖਾਉਣਾ ਜੇ ਇੱਥੇ ਕੋਈ ਮਿਲ ਪਿਆ ਆਪਾਂ ਨੂੰ ਤਾਂ ਆਪਾਂ ਉਹਦੇ ਨਾਲ ਵੀ ਗੱਲਾਂ ਮੁੱਤਾਂ ਕਰਾਂਗੇ ਠੀਕ ਆ ਆ ਜਾਓ ਜੀ ਆਹ ਦੇਖ ਲਓ ਜੀ ਅੰਡੇ ਚੱਲਦੇ ਆ ਇੱਥੇ ਠੀਕ ਆ ਅੰਡੇ ਕਿੰਨੇ ਦੇ ਆ 12 ਅੰਡੇ ਆ ਲਾਰਜ 1 ਇੱਕ 140 ਦੇ ਆ ਹਨਾ ਅਤੇ 30 ਅੰਡਿਆਂ ਦੀ ਟਰੇ ਕਿੰਨੇ ਦੀ ਆ 3.5 ਪਾਉਂਡ ਦੀ ਆ ਠੀਕ ਆ ਅੰਡੇ ਤਾਂ ਸੋਹਣੇ ਯਾਰ ਦੇਸੀ ਅੰਡੇ ਆ ਨਾ ਆਹ ਦੇਖ ਲਓ ਦੂਜੇ ਆ ਅਤੇ ਇਹ ਹੈਗੇ ਆ ਡੱਕ ਐਗਸ ਆ ਅਤੇ 6 ਪਾਉਂਡ ਦੀ ਹੈਗੀ ਆ 20 ਦੀ ਟਰੇ ਯੈਸ ਆ ਜਾਓ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਆਹ ਹੈਗਾ ਦੁੱਧ ਦੁੱਧ ਦੀ ਬੋਤਲ ਕਿੰਨੇ ਦੀ ਆ ਦੁੱਧ ਹੀ ਆ ਨਾ ਸ਼ੇਰੋ ਕਿੰਨੇ ਦੀ ਲੱਗੀ ਇਹ ਅੰਗੂਰ ਬਲੂਬਰੀਜ ਠੀਕ ਆ ਆਹ ਟਮਾਟਰ ਟਮੂਟਰ ਸਾਰੇ 1 ਪਾਉਂਡ ਦੇ ਹੀ ਆ ਦੇਖ ਲਓ ਕੇਲੇ ਵਾਹਵਾ ਕੇਲੇ ਵਧੀਆ ਯਾਰ ਹਰੇ ਆ ਨਾਲੇ ਜੇ ਤੁਸੀਂ ਗਾਜਰਾਂ ਵੀ ਦੇਖ ਲਓ ਭਰਾਵਾ ਰੰਗ ਕਿੰਨਾ ਸੋਹਣਾ ਗਾਜਰਾਂ ਦਾ ਠੀਕ ਆ ਤੇ ਦੇਖ ਲਓ ਆਇਓ ਕੱਢੋ ਸਾਰੀਆਂ ਚੀਜ਼ਾਂ ਪਾਉਣ ਦੀਆਂ ਹੀ ਆ ਜਿਹੜੀਆਂ ਵੀ ਤੁਸੀਂ ਲੈਣੀਆਂ ਮੂਲੀਆਂ ਵਾਲੇ ਪਰੌਂਠੇ ਤਾਂ ਨਹੀਂ ਬਣਾਉਣੇ ਸਵੇਰ ਨੂੰ ਠੀਕ ਆ ਅਨਾਰ ਅਨਾਰ ਕਿੰਨੇ ਦੇ ਆ ਅਨਾਰ 2 ਹੈਗੇ 1 ਪਾਉਣ ਦੇ ਠੀਕ ਆ ਪਪਾਇਆ ਹੈਗਾ ਆ ਪਪੀਤਾ ਪਪੀਤਾ ਬੇਬੀ ਜੀ ਆ ਪਪੀਤਾ ਬੇਬੀ ਪਪੀਤਾ 3 ਆ 1 ਪਾਉਣ ਦੇ ਠੀਕ ਆ ਆਹ ਆ ਗਿਆ ਆਈਸਬਰਗ 3 ਪਾਉਣ ਦੀਆਂ ਠੀਕ ਆ ਅੱਛਾ ਬੰਦ ਗੋਭੀ ਮੈਂ ਆਈਸਬਰਗ ਬਾਹਲਾ ਬਲੈਤੀਆ ਬਣਦਾ ਫਿਰਦਾ ਛਿੱਤਰ ਬਹੁਤ ਪੈਣੇ ਆ ਠੀਕ ਆ ਦੇਖ ਲਓ ਬਈ ਸਬਜ਼ੀਆਂ ਸੁਬਜ਼ੀਆਂ ਸਬਜ਼ੀਆਂ ਦੇ ਉਹਦਾ ਰੰਗ ਰੁੰਗ ਬੜੇ ਸੋਹਣੇ ਆ ਨਾ ਐਨ ਜਿੱਦਾਂ ਜਿਮ ਚੋਂ ਲਿਆਂਦੀਆਂ ਹੁੰਦੀਆਂ ਬੜੇ ਮਹਿੰਗੇ ਆਪਣੇ ਇੰਡੀਆ 'ਚ ਗੰਦੇ ਹਾਂ ਹਾਂ ਇੱਥੇ ਪਾਉਂਦੇ ਆ ਦੇਖ ਲਾ ਇਹ ਭਰਾਵਾ 90 ਰੁਪਈਆਂ ਨੂੰ ਚੱਲਦੇ ਆ ਉੱਥੇ ਠੀਕ ਆ ਠੀਕ ਆ ਆਹ ਦੇਖ ਲਾ ਸ਼ਿਮਲਾ ਮਿਰਚਾਂ ਦੇ ਰੰਗ ਦੇਖ ਲਾ ਰੰਗ ਰੁੰਗ ਦਾ ਇੱਥੇ ਕੋਈ ਭੇਦਭਾਵ ਨਹੀਂ ਹੈਗਾ ਸਾਰੀਆਂ ਸੇਮ ਹੀ ਆ ਤੱਕੜੀ 'ਚ ਤੌਲਦੀਆਂ ਅੱਛਾ ਵੀਰੇ ਦੱਸ ਸਬਜ਼ੀਆਂ ਦਾ ਕਿੱਦਾਂ ਲੱਗਿਆ ਕੀ ਫਰਕ ਲੱਗਿਆ ਸਬਜ਼ੀਆਂ ਵੀ ਭਰਾਵਾ ਗੋਰੀਆਂ ਵਾਂਗੂ ਨਿਖਰੀਆਂ ਹੋਈਆਂ ਨੇ ਨਾਨੂ ਕਿ ਆਈਆਂ ਕਿ ਨਹੀਂ ਠੀਕ ਆ ਇਹ ਮੁੰਡੇ ਨੂੰ ਮੈਂ ਜਦੋਂ ਦੇਖਦਾ ਨਾ ਜਾਂ ਇਹਦਾ ਗੱਲਬਾਤ ਕਰਨ ਦਾ ਲਹਿਜਾ ਜਿਹੜਾ ਉਹ ਮੈਨੂੰ ਰਾਣੇ ਰਣਵੀਰ ਵਰਗਾ ਲੱਗਦਾ ਇਹਨੂੰ ਗੱਲ ਵੀ ਉਦਾਂ ਹੀ ਫੜਦੀ ਆ ਆ ਜਾਓ ਇਹ ਤੁਹਾਨੂੰ ਮਾਰਕੀਟ ਦਿਖਾਉਂਦੇ ਹਾਂ ਜਿੱਦਾਂ ਆਪਣੇ ਲੋਕਲ ਮਾਰਕੀਟ ਲੱਗੀ ਹੁੰਦੀ ਆ ਨਾ ਇੱਧਰ ਕੱਪੜੇ ਕੁੱਪੜੇ ਇੱਧਰੋਂ ਘੁੰਮ ਕੇ ਆਉਣੇ ਆਪਾਂ ਆਹ ਤਾਂ ਜ਼ਿਆਦਾ ਫਰੂਟ ਆ ਨਿੰਬੂ ਆ ਰਸੀਆ ਨਿੰਬੂ ਲਿਆ ਦੇਵੇ 1 ਪਾਉਣ ਦੇ 9 ਆ ਬੜਾ ਤੇਜ਼ ਆ ਬੰਦਾ ਆਲੂ ਆਹ ਦੇਖ ਲਓ ਵੀ ਡਬਲ ਡੈਕਰ ਬੱਸ ਠੀਕ ਹੈ ਤੁਹਾਨੂੰ ਬੱਸ ਦੇ ਬੜੇ ਭੁਲੇਖੇ ਪਏ ਰਹਿੰਦੇ ਵੀ ਬੱਸ ਕਿੱਦਾਂ ਦੀ ਆ ਬੱਸ ਕਿੱਦਾਂ ਦੀ ਆ ਇੱਦਾਂ ਦੀਆਂ ਬੱਸਾਂ ਹੁੰਦੀਆਂ ਆਹ ਡਬਲ ਡੈਕਰ ਆ ਉਹ ਵੀ ਪਿੱਛੇ ਵੀ ਖੜੀ ਆ 16 ਨੰਬਰ ਇੱਦਾਂ ਲਿਖਿਆ ਹੁੰਦਾ ਇਹਨਾਂ ਦੇ ਮੂਹਰੇ 16 ਨੰਬਰ ਉਹ ਬਰਮਿੰਗਮ ਲਿਖਿਆ ਹੋਇਆ ਹੈ ਨਾ ਬਰਮਿੰਗਮ ਨੂੰ ਜਾਣੀ ਆ ਅਤੇ ਵਾਇਆ ਕੀ ਲਿਖਿਆ ਆ ਹੌਕਲੀ ਠੀਕ ਆ ਹੌਕਲੀ ਵੱਲ ਦੀ ਜਾਣੀ ਆ ਅਤੇ ਇੱਕ ਚੀਜ਼ ਹੋਰ ਇਹਦੇ ਉੱਪਰ ਆਹ ਦੇਖੋ ਲਿਖਿਆ ਹੋਇਆ
ਇਹਦਾ ਪ੍ਰਾਈਸ ਟੈਪ ਐਂਡ ਗੋ ਜੇ 2.40 ਪੈਣੀਆਂ ਇੱਕ ਵਾਰੀ, ਜੇ ਸਾਰੀ ਦਿਹਾੜੀ ਦਾ ਆ ਤਾਂ ਇਹ ਹੈਗਾ ਆ 4.60 ਪੈਣੀਆਂ ਦਾ, ਠੀਕ ਆ। ਅਤੇ ਜੇ ਅਨਲਿਮਿਟਡ ਟਰੈਵਲ ਕਰਨਾ ਆ, ਯਾਨੀ ਕਿ 9 ਵਜੇ ਤੋਂ ਬਾਅਦ 9:30 ਤੋਂ ਬਾਅਦ 'ਚ, ਫਿਰ 4 ਪਾਉਂਡ ਹੋਣੇ ਆ ਇਹਦੇ ਸਾਰੀ ਦਿਹਾੜੀ ਦੇ। ਅਤੇ ਜੇ 18 ਸਾਲਾਂ ਤੋਂ ਘੱਟ ਆ 1.20 ਪੈਣੀਆਂ, ਹਾਏ ਤੋਰ ਲਈ ਵਿਚਾਰੇ ਨੇ। ਚਲੋ ਇਨਫੋਰਮੇਸ਼ਨ ਜਿੰਨੀ ਵੀ ਹੋਵੇ ਹੈ ਨਾ, ਆਹ ਦੇਖੋ ਇਹਦੇ ਪਿੱਛੇ ਵੀ ਲਿਖਿਆ 16 ਨੰਬਰ। ਭਰਾਵਾ ਇੱਥੇ ਆਪਣੇ ਇੰਡੀਆ ਵਾਲੇ ਕੰਡਕਟਰਾਂ ਵਾਂਗੂ ਨਹੀਂ ਲੜਦੇ ਹੈਗੇ, ਜਿੱਦਾਂ ਕਹਿੰਦੇ ਵੀ ਟਾਈਮ ਲੰਘ ਗਿਆ, ਚੱਲ ਪਾਈ ਤੇਰਾ ਹੋ ਗਿਆ ਟਾਈਮ ਨਾ। ਇੱਥੇ ਸਰਕਾਰੀ ਬੱਸਾਂ ਨੇ ਵੀ ਸ਼ੀਸ਼ੇ ਖੜ ਖੜ ਕੇ ਅੱਧਾ ਬੋਲਾ ਕਰ ਲਿਆ। ਠੀਕ ਹੈ, ਆ ਬੱਸ ਸਟਾਪ ਇੱਦਾਂ ਦਾ ਬੜੇ ਕਿਊਟ ਜਿਹਾ ਬੱਸ ਸਟਾਪ ਆ, ਕਈਆਂ ਦੇ ਉੱਪਰ ਇੱਦਾਂ ਨੰਬਰ ਵੀ ਲਿਖੇ ਹੁੰਦੇ ਆ ਕਿ ਇੰਨੇ ਮਿੰਟ 'ਤੇ ਬੱਸ ਆਉਣੀ ਆ। ਉੱਥੇ ਇਲੈਕਟ੍ਰੋਨਿਕ ਸਕਰੀਨ ਲੱਗੀਆਂ ਹੁੰਦੀਆਂ। ਇੱਧਰ ਦੀ ਘੁੰਮ ਕੇ ਆਈ ਵੀਰੇ, ਆਹ ਦਿਖਾਈ, ਆਹ ਦੇ ਇੱਥੇ ਲਿਖਿਆ ਹੋਇਆ ਆ ਬੱਸ ਕਿਹੜੀ ਆਉਣੀ ਆ, ਕਿੰਨੇ ਨੰਬਰ ਦੀ ਆਉਣੀ ਆ, ਕਿੱਥੇ ਜਾਣਾ ਉਹਨੇ, ਅਤੇ ਇੱਦਾਂ ਦੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਅਤੇ ਹੋਰ ਦੱਸ, ਤੈਨੂੰ ਬੱਸਾਂ ਦਾ ਇੱਥੇ ਦਾ ਕਿੱਦਾਂ ਦਾ ਸਿਸਟਮ ਲੱਗਿਆ? ਸਿਸਟਮ ਬਾਈ ਬਾਹਲਾ ਵਧੀਆ, ਬਾਹਲਾ ਵਧੀਆ, ਪੁੱਛ ਹੀ ਨਾ। 1 ਮਿੰਟ ਬਾਅਦ ਇਕੱਠੀਆਂ ਬੱਸਾਂ ਆਉਂਦੀਆਂ, ਇਹ ਕਈ ਵਾਰ ਨੰਬਰ ਇੱਕੋ ਹੋ ਜਾਣਾ, ਕੋਈ ਚੱਕਰ ਨਹੀਂ। ਨਹੀਂ ਇੰਡੀਆ ਵਾਲੇ ਤਾਂ ਕੰਡਕਟਰ ਲੜ ਲੜ ਕੇ ਅੱਧੇ ਹੋ ਜਾਂਦੇ ਆ, ਭਰਾ ਤਾਂ ਮੇਰਾ ਟਾਈਮ ਮਾਰਤਾ, ਐਂ ਕਰਤਾ ਉਹ ਕਰਤਾ, ਬੜਾ ਚੱਲਦਾ ਉੱਧਰ। ਆ ਪਟਿਆਲੇ ਵਾਲੇ ਬੱਸ ਅੱਡੇ ਤਾਂ ਖਾਸ ਕਰ, ਇੱਥੇ ਪਤਾ ਕੀ ਆ, ਬੱਸਾਂ ਵਾਲਿਆਂ ਨੂੰ ਆਪਣੇ ਟਾਈਮ ਦੇ ਨਾਲ ਆਈ ਜਾਣਾ, ਹਰੇਕ 2-4 ਮਿੰਟ ਬਾਅਦ 5 ਮਿੰਟ ਦੀ ਸਰਵਿਸ ਆ, ਠੀਕ ਆ। ਅਤੇ 5 ਮਿੰਟ ਬਾਅਦ ਆਪਣੇ ਆਪ ਬੱਸਾਂ ਆਈ ਜਾਣੀਆਂ। ਹਾਂ ਹਾਂ ਭਰਾ, ਅਤੇ ਬਾਕੀ ਥੋੜ੍ਹਾ ਜਿਹਾ ਪਾਰਕਿੰਗ ਦਾ ਇਸ਼ੂ ਬੜਾ ਹੁੰਦਾ ਗਾ, ਇੱਥੇ 1-way ਬੜੇ ਹੈਗੇ, ਪਾਰਕਿੰਗ ਇਸ਼ੂ ਕਰਨ ਲਈ ਗੇੜੇ ਕੱਢਣੇ ਪੈਂਦੇ ਆ ਜਾ ਮੁੜ ਜਾ ਕੱਟ ਜਾ, ਵੀ ਜਦੋਂ ਤੱਕ ਜਗ੍ਹਾ ਨਹੀਂ ਮਿਲਦੀ ਤਾਂ ਪਾਰਕਿੰਗ ਨਹੀਂ ਬਿਨਾਂ ਖੜਾ ਸਕਦਾ ਹੈਗਾ, ਨਹੀਂ ਫਿਰ ਤੈਨੂੰ ਫਾਈਨ ਵੀ ਪੈ ਸਕਦਾ ਗਾ। ਉਹ ਫਾਈਨ 70 ਪਾਉਂਡ ਵੀ ਹੋ ਸਕਦਾ ਗਾ, 100 ਪਾਉਂਡ ਵੀ ਹੋ ਸਕਦਾ, ਉਹ ਤਾਂ ਉਹਨਾਂ 'ਤੇ ਡਿਪੈਂਡ ਆ ਵੀ ਕਿੰਨੇ ਦੀ ਟਿਕਟ ਲਾ ਕੇ ਆਉਣੀ ਆ। ਜਿਹੜੇ ਨਾ ਨਵੇਂ ਨਵੇਂ ਡਰਾਈਵਰ ਬਣਦੇ ਆ, ਉਹ 5-4 ਟਿਕਟਾਂ ਤਾਂ ਪੇ ਹੀ ਕਰਦੇ ਆ, ਸਪੀਡ ਦੀ ਹੋ ਗਈ, ਮੋਬਾਈਲ ਫੋਨ ਦੀ ਹੋ ਗਈ, ਪਾਰਕਿੰਗ ਦੀ ਹੋ ਗਈਆਂ, ਇਹ ਨੋਰਮਲ ਚੀਜ਼ਾਂ ਆ। ਅਤੇ ਬਾਕੀ ਆਪਣੇ ਇੰਡੀਆ ਵਾਲਿਆਂ ਵਾਂਗੂ ਤਾਂ ਹੈ ਨਹੀਂ ਵੀ 100 ਰੁਪਏ 'ਚ ਮੰਨ ਜਾਣਗੇ, ਇਹ ਬਾਹਰ ਹੀ ਹੈ ਨਾ, ਇੰਡੀਆ ਨੂੰ ਮਾੜਾ ਕਹੀ ਜਾਂਦਾ, ਹਲੇ ਇਹਨੂੰ 2-4 ਮੀਕਾਂ ਹੀ ਹੋਈਆਂ ਆਈਆਂ ਇਹਨੂੰ ਆਏ ਨੂੰ, ਹੈ ਨਾ। ਇਹ ਜਿਹੜੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ, ਠੀਕ ਹੈ, ਉਹ ਵੀ ਆਪਣਾ ਹੀ ਆ, ਆਪਾਂ ਖਾਣੀ ਦਾ ਲੱਗ ਰਿਹਾ ਨਾ ਅਜੇ, ਇਹਨੂੰ ਐਲੀਫੈਂਟ ਆਟਾ ਕੁਛ ਜ਼ਿਆਦਾ ਹੀ ਲੱਗ ਰਿਹਾ ਆ। ਨਹੀਂ ਨਹੀਂ ਥੋੜ੍ਹਾ ਜਿਹਾ ਫਰਕ ਤਾਂ ਹੈ ਯਾਰ, ਠੀਕ ਆ। ਚਲੋ ਇਹ ਇਹਦੀ ਸਮਝ ਆ, ਜਿੱਦਾਂ ਇਹਨੂੰ ਵਿਚਾਰ ਇਹਦੇ ਆਪਣੇ ਆ, ਹੈ ਨਾ, ਆਪਣੀ ਆਪਣੀ ਸੋਚ ਆ। ਚਲੋ ਆਪਾਂ ਹੁਣ ਇੱਧਰ ਨੂੰ ਚੱਲਦੇ ਹਾਂ, ਕਿ ਆਹ ਦੇਖ ਲਓ ਵੀ ਸਬਜ਼ੀਆਂ ਸੁਬਜ਼ੀਆਂ ਸੇਮ ਹੀ ਆ, ਪਰ ਉੱਦਾਂ ਦੱਸਦਾ ਕਿ ਸਫਾਈ ਕਿੰਨੀ ਆ। ਆਹ ਦੇਖ ਲਓ ਭੂਕਾਂ ਵਾਲੇ ਗੰਢੇ, ਹੈ ਨਾ, ਐਨ ਕੱਟ ਕੱਟ ਕੇ ਜਿੱਦਾਂ ਨਾਈ ਦੇ ਕੋਲੋਂ ਵਾਲ ਕਟਾ ਕੇ ਲਿਆਉਂਦੇ ਹੁੰਦੇ ਨਾ, ਇਹਨਾਂ ਦੇ ਇੱਦਾਂ ਕੀਤੀਆਂ ਹੋਈਆਂ ਆ। ਥੈਂਕ ਯੂ। ਅਤੇ ਇੱਦਾਂ ਤੁਸੀਂ ਜਿੱਦਾਂ ਮਰਜ਼ੀ ਦੇਖੋ, ਕੋਈ ਵੀ ਸਬਜ਼ੀ ਲੈਣੀ ਆ, ਕੋਈ ਵੀ ਲੈਣਾ, ਭਿੰਡੀਆਂ ਵੀ ਹੈਗੀਆਂ, ਇੱਦਾਂ ਨਾ ਸੋਚੋ ਵੀ ਭਿੰਡੀਆਂ ਨਹੀਂ ਮਿਲਣੀਆਂ, ਇਹ ਤੁਹਾਡੀ ਆਪਣੀ ਮਰਜ਼ੀ ਆ ਵੀ ਤੁਸੀਂ ਤਰੀ ਵਾਲੀਆਂ ਬਣਾਉਣੀਆਂ ਕਿ ਦੂਜੀਆਂ ਬਣਾਉਣੀਆਂ। ਅਦਰਕ ਹੋ ਗਈ, ਇਹਨੂੰ ਕੀ ਕਹਿੰਦੇ ਹੁੰਦੇ ਆ ਯਾਰ, ਇਹਦਾ ਨਹੀਂ ਮੈਨੂੰ ਪਤਾ। ਚਕੰਦਰ ਕਹਿੰਦੇ ਹੁੰਦੇ ਆ। ਚਕੰਦਰ? ਹਾਂ, ਉਹ ਛੋਟਾ ਨਹੀਂ ਹੁੰਦਾ ਯਾਰ? ਨਹੀਂ ਇਹ ਵੱਡਾ ਹੋ ਗਿਆ ਹੋਊਗਾ। ਇਹ ਚਕੰਦਰ ਕਹਿੰਦੇ ਆ, ਅਰਬੀ ਵੀ ਕਹਿੰਦੇ ਆ। ਅਰਬੀ ਯਾਰ ਛੋਟੀ ਹੁੰਦੀ ਆ, ਅਰਬੀ ਆ ਆ। ਚਲੋ ਵੀਰੋ, ਸਾਨੂੰ ਨਹੀਂ ਇਹਦਾ ਨਾਂ ਪਤਾ ਕੀ ਆ, ਹੈ ਨਾ, ਮੈਨੂੰ ਤਾਂ ਨਹੀਂ ਪਤਾ ਪਰਸਨਲੀ, ਇਹ ਕਹਿੰਦਾ ਚਕੰਦਰ ਆ, ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸ ਦਿਓ ਥੱਲੇ, ਠੀਕ ਆ। ਇਹਨਾਂ ਨੂੰ ਕਹਿੰਦੇ ਹੋਣੇ ਮੈਨੂੰ ਲੱਗਦਾ ਉੱਥੇ। ਤੇ ਇਦਾਂ ਦੀਆਂ ਸਬਜ਼ੀਆਂ ਸੁਬਜ਼ੀਆਂ ਆ, ਉਹ ਹੈਗਾ ਜਿੱਦਾਂ ਸਾਈਟ ਜਿਹੀ ਹੁੰਦੀ ਆ ਨਾ, ਉਹਦੇ ਕਰਕੇ ਆ, ਉਹ ਮਸ਼ਹੂਰ ਜੀ ਜਗ੍ਹਾ ਆ ਇੱਥੇ ਦੀ, ਠੀਕ ਆ। ਅਮਰੂਦ ਨਹੀਂ ਦੇਖਣ ਨੂੰ ਮਿਲੇ, ਅਮਰੂਦ ਨਹੀਂ ਹੈਗੇ, ਸੀਜ਼ਨ ਨਹੀਂ ਹੋਣਾ। ਤੇ ਇੱਥੋਂ ਤੁਸੀਂ ਹੈ ਨਾ ਲੈ ਸਕਦੇ ਆ, ਚਿਪਸ ਹੋ ਗਏ, ਹੋਰ ਚੀਜ਼ਾਂ ਹੋ ਗਈਆਂ, ਜਿੱਦਾਂ ਗਰਮ ਫੂਡ ਹੋ ਗਿਆ, ਸੋਸਿਜਿਸ ਹੋ ਗਏ, ਬੀਨਸ, ਇੱਦਾਂ ਦੀਆਂ ਚੀਜ਼ਾਂ ਤੁਸੀਂ ਕੌਫੀ ਕੂਫੀ ਪੀਣੀ ਆ ਇੱਥੋਂ ਲੈ ਸਕਦੇ। ਇਹਨੂੰ ਕਹਿੰਦੇ ਚੱਕਮਾ ਚੁੱਲ੍ਹਾ, ਚੱਕਮਾ ਢਾਬਾ, ਹੈ ਨਾ। ਆਹ ਦੇਖ ਲਓ, ਇਹਨੇ ਦੁਕਾਨ ਜੀ ਬਣਾਈ ਹੋਈ ਆ, ਇੱਦਾਂ ਦਾ ਹਿਸਾਬ ਕਿਤਾਬ। ਆਹ ਦੇਖੋ ਵੀ, ਠੀਕ ਆ, ਸ਼ੂ ਦੇਖ ਲਓ, ਸਾਡੇ ਤਿੰਨਾਂ ਦੇ ਸੇਮ ਕਲਰ ਦੇ ਨਹੀਂ ਹੈਗੇ, ਡਿਫਰੈਂਟ ਡਿਫਰੈਂਟ ਆ, ਹੈ ਨਾ। ਮੇਰੇ ਬਲੈਕ ਇਹਦੇ ਬਲੈਕ ਨਾਲ ਮਿਲਦੇ ਆ, ਪਰ ਉੱਦਾਂ ਸਾਡੇ ਡਿਫਰੈਂਟ ਡਿਫਰੈਂਟ ਆ। ਅਤੇ ਆ ਜਾਓ ਹੁਣ ਆਪਾਂ ਇੱਧਰ ਦੀ ਗੇੜਾ ਕੱਢਦੇ ਹਾਂ, ਇੱਥੋਂ ਆਂਡੇ ਉਂਡੇ ਤਾਂ ਲੈ ਲਏ, ਆਂਡੇ ਖਾ ਲਏ ਹੁਣ ਯਾਰ, ਆਂਡੇ ਨਹੀਂ ਹੁਣ ਹੋਰ ਕੁਛ ਖਾਂਦੇ ਆ ਨਾ। ਅਤੇ ਆਹ ਕਾਹਦੇ ਆਂਡੇ ਆ ਯਾਰ, ਸੱਪ ਦੇ ਆ ਕਾਹਦੇ ਆ, ਟਟੀਰੀ ਦੇ ਆਂਡੇ, ਕੁਇਲ, ਕੁਇਲ ਐਗਸ ਯਾਰ, ਬਾਹਲਾ ਕੰਮ ਘੈਂਟ ਆ, ਠੀਕ ਆ, 2 ਪਾਉਂਡ ਦੇ ਆ। ਆਹ ਕੀ ਚੀਜ਼ ਆ, ਮੋਬਾਈਲ ਫੋਨ ਦੇ ਕਵਰ ਕੁਵਰ, ਆਈਪੈਡ ਦੇ, ਜੇ ਕਿਸੇ ਨੂੰ ਭੁੱਲ ਗਏ ਆ ਤੇ ਉਹ ਵੀ ਲੈ ਸਕਦੇ ਹੋ ਤੁਸੀਂ, ਠੀਕ ਆ। ਹੈਡਫੋਨਸ ਹੋ ਗਿਆ, ਹੋਰ ਕੁਛ ਹੋ ਗਿਆ, ਸਾਰੀਆਂ ਚੀਜ਼ਾਂ ਮਿਲ ਜਾਣੀਆਂ। ਕੀ ਭਰਾਵਾ, ਇੰਡੀਆ ਵਾਲਿਆਂ ਨੂੰ ਕਹਿ ਦੇ ਇੱਥੇ ਆ ਚੱਲਦੇ ਆ ਇਦਾਂ ਦੇ ਸਕੇਅਰ, ਆਪਣੇ ਗੋਲ ਨਹੀਂ ਚੱਲਦੇ, ਗੋਲ ਲੈ ਆਉਂਦੇ ਹੈਗੇ। ਉਹ ਤਾਂ ਫਿਰ ਅਡਾਪਟਰ ਮਿਲ ਜਾਂਦਾ ਹੁੰਦਾ, 1 ਪਾਉਂਡ ਦਾ ਹੁੰਦਾ, ਉਹ ਤੁਸੀਂ ਮੂਹਰੇ ਲਾ ਸਕਦੇ ਹੋ, ਉਹ ਵੀ ਨਹੀਂ ਕੋਈ ਗੱਲ ਭਾਅ ਜੀ, ਹੁੰਦਾ ਹੀ ਹੋਣਾ ਉਹ ਤੁਹਾਡੇ ਕੋਲ ਇੱਥੇ, ਠੀਕ ਆ, ਉਹ ਲੈ ਸਕਦੇ ਆ। ਕੌਫੀ ਕੌਫੀ ਦੀ ਸ਼ੋਪ, ਉਹ ਜਿੱਦਾਂ ਤੁਹਾਨੂੰ ਉੱਥੇ ਇਹ ਪੱਕਾ ਹੀ ਢਾਬਾ ਆ, ਠੀਕ ਆ। ਆਹ ਦੇਖ ਲਓ ਵੀ, ਇੱਥੇ ਬ੍ਰੈਡ ਆ,
ਦੇਸੀ ਬ੍ਰੈਡ ਨਾ, ਆਹ ਨਿਊਡਲ ਹੋ ਗਿਆ, ਹੋਰ ਹੋ ਗਿਆ, ਚੀਜ਼ ਹੋ ਗਿਆ, ਚੀਜ਼ ਬੜੇ ਤਰ੍ਹਾਂ ਦਾ ਹੁੰਦਾ ਇੱਥੇ, ਚੀਜ਼ ਦੇਖ ਲਓ ਕਿੰਨੇ ਤਰ੍ਹਾਂ ਦਾ ਆ, ਆਈਟਾਂ ਜਿਹੀਆਂ ਸਾਰੀਆਂ, ਸਾਬਣ ਨਹੀਂ ਹੈਗਾ, ਚੀਜ਼ ਹੀ ਆ। ਥੋੜੇ ਦਿਨ ਲੱਗਣ ਲੱਗ ਪੈਣਾ ਦੇਖ ਲੋ ਵੀ, ਇਹ ਮੁੰਡਾ ਕਹਿੰਦਾ ਆ ਵੀ ਇਹਨੂੰ ਫੂਡ ਨੀ ਸਵਾਦ ਲੱਗਦਾ, ਥੋੜੇ ਦਿਨ ਵੇਟ ਕਰ, ਤੈਨੂੰ ਸਵਾਦ ਵੀ ਲੱਗਣਾ ਤੇ ਤੈਨੂੰ ਚੰਗਾ ਵੀ ਲੱਗਣਾ। ਫਿਸ਼ ਐਂਡ ਚਿਪਸ ਖਾਦੇ? ਆਪਾਂ ਉਧਰ ਨੂੰ ਚੱਲੀਏ। ਅੱਛਾ ਕਾਹਤੇ ਨੀ ਵਿੱਚ, ਇੱਕ ਮਿੰਟ ਆ ਕੈਮਰਾ ਫੜੀ ਬ੍ਰਦਰ, ਇਹਨੂੰ ਪੁੱਛੀਏ ਵੀ ਕਾਹਤੇ ਨੀ ਇਹਨੂੰ ਚੰਗਾ ਲੱਗਾ। ਪਹਿਲਾਂ ਤਾਂ ਮੈਨੂੰ ਦੱਸ ਵੀ ਤੈਨੂੰ ਫੂਡ ਫੜ ਕਾਹਤੇ ਨੀ ਚੰਗਾ ਲੱਗਾ। ਉਹ ਭਰਾਵਾ ਜਿਹੜਾ ਵੀ ਖਾਂਦਾ ਸੀ ਨਾ, ਫਿੱਕਾ ਫਿੱਕਾ ਲਾਦਾ ਸੀ, ਜਿੰਨਾ ਮਰਜ਼ੀ ਲੂਣ ਮਿਰਚ ਪਾਲਾ ਕੋਈ ਅਸਰ ਨਹੀਂ ਕਰਦਾ। ਬਾਕੀ ਚਾਹ ਪੀਣ ਦਾ ਸਾਡੇ ਸੰਗਰੂਰੀਆਂ ਨੂੰ ਬੜਾ ਚਾਅ ਹੁੰਦਾ ਹੈਗਾ, ਚਾਹ ਵੀ ਨਹੀਂ ਇਹੋ ਜਿਹੀ ਹੈਗੀ ਜਿਹੋ ਜਿਹੀ ਇੰਡੀਆ 'ਚ ਮਿਲਦੀ ਤੀ। ਮੈਂ ਤਾਂ ਦੋ ਦਿਨ ਭੁੱਖੀ ਰਹਿ ਗਈ ਕੱਟਿਆ ਗਿਆ, ਕਿਤੇ ਗੁਰਦੁਆਰਾ ਮਿਲਿਆ ਜਾ ਕੇ ਫਿਰ ਉੱਥੇ ਖੰਡ ਵੱਧ ਪਾ ਕੇ ਪੀ ਕੇ ਆਇਆ ਭਰਾਵਾ। ਕਿਸੇ ਦੀ ਕੋਈ ਪ੍ਰੋਬਲਮ ਹੈ, ਕਿਸੇ ਦੀ ਕੋਈ ਪ੍ਰੋਬਲਮ ਹੈ, ਸਪੈਸ਼ਲੀ ਜੇ ਤੁਸੀਂ ਸੰਗਰੂਰ ਤੋਂ ਆਉਂਦੇ ਆ ਜਾਂ ਕਿਤੋਂ ਆਉਂਦੇ ਆ, ਇੱਕ ਗੋਲ ਕੰਗੇ ਜ਼ਰੂਰ ਲੈ ਆਇਓ, ਜਿਹੜੇ ਗੋਲ ਕੰਗੇ ਬਾਲਾਂ ਦੇ ਹੁੰਦੇ, ਇੱਥੋਂ ਬਹੁਤ ਘੱਟ ਮਿਲਦੇ ਆ। ਗੋਲ ਕੰਗੇ ਕਿਹੜੇ? ਉਹ ਜਿਹੜੇ ਗੋਲ, ਅੱਛਾ ਉਹ ਜਿਹੜੇ ਇੱਦਾਂ ਉਂਗਲੀ ਪਾ ਕੇ, ਠੀਕ ਹੈ ਠੀਕ ਹੈ, ਉਹ ਤਾਂ ਚੀਜ਼ਾਂ ਤੁਹਾਡੇ ਹਾਈਜੀਨਿਕ ਬੈਗ 'ਚ ਹੋਣੀਆਂ ਹੀ ਚਾਹੀਦੀਆਂ। ਹਾਂ ਹਾਂ ਲੈ ਆਇਓ ਭਰਾ, ਮੈਂ ਮੇਰਾ ਰਹਿ ਗਿਆ ਸੀ, ਮੈਂ ਲੈ ਕੇ ਰੱਖੇ ਸੀ, ਚਾਰ ਪੰਜ ਲੈ ਕੇ ਰੱਖੇ ਸੀ, ਬੂਟਾਂ ਵੀ ਮੈਂ ਚਾਰ ਪੰਜ ਜੋੜੀਆਂ ਲੈ ਕੇ ਆਇਆ, ਜਿਉਂਦੇ ਰਹਿਣਾ ਐਮੀਰੇਟ ਵਾਲੇ ਭਾਈ, ਉਹਨਾਂ ਨੇ ਬੜਾ ਵੇਟ ਮੇਰਾ ਉਹ ਕੀਤਾ ਸੀ, ਵਾਧੂ, ਹਾਂ ਵਾਧੂ ਕੀਤਾ ਸੀ। ਅੱਛਾ ਨਾ ਟਿਕਟ ਵੀ ਬੜੀ ਸਸਤੀ ਪਈ ਤੇ ਮੈਨੂੰ 34,000 ਤੋਂ ਮਿਲ ਗਈ ਸੀਗੀ। ਐਮੀਰੇਟ, ਵੈਲ ਡਨ, ਥੈਂਕ ਯੂ, ਐਮੀਰੇਟ, ਥੈਂਕ ਯੂ, ਥੈਂਕ ਯੂ ਐਮੀਰੇਟ। ਜੇ ਤੁਸੀਂ ਦੇਖਦੇ ਆ, ਜੇ ਨਹੀਂ ਦੇਖਦੇ ਤਾਂ ਥੋੜ੍ਹਾ ਜਿਹਾ ਪਹਿਲਾਂ ਪੰਜਾਬੀ ਸਿੱਖ ਲਓ, ਫਿਰ ਤੁਹਾਨੂੰ ਪਤਾ ਲੱਗ ਜਾਣਾ ਸੀ ਵੀਡੀਓ ਐਮੀਰੇਟ ਵਾਲੇ। ਟ੍ਰਾਂਸਲੇਟਰ ਬੜੀ ਟੈਕਨੋਲੋਜੀ ਐਰਾ ਬੜਾ ਪੜਿਆ ਹੋਏਗਾ। ਅਤੇ ਆ ਜਾ ਜੀ, ਹੁਣ ਤੁਹਾਨੂੰ ਆਪਾਂ ਨਾ ਸੂਟ ਸਾਟ ਦਵਾ ਦਿੰਦੇ ਹਾਂ, ਦੱਸੋ ਕਿਹੜਾ ਲੈਣਾ ਤੁਸੀਂ, ਇੱਧਰੋਂ ਲੈਣਾ ਕਿ ਇੱਧਰੋਂ ਲੈਣਾ, ਕੋਟ ਪੈਂਟ ਇੱਥੋਂ, ਜੇ ਕੋਟ ਪੈਂਟ ਦਾ ਕੱਪੜਾ ਲੈਣਾ ਪੈਂਟਾਂ ਪੁੰਟਾਂ ਦਾ ਦੇ ਇੱਥੋਂ। ਪਰ ਇੱਕ ਗੱਲ ਆ ਦਿੰਦਾ ਮੈਂ ਤੁਹਾਨੂੰ, ਠੀਕ ਹੈ, ਇਹ ਜਿਹੜੇ ਕੱਪੜੇ ਆ ਇਹ ਤਾਂ ਮਿਲ ਜਾਣੇ ਆ ਸਸਤੇ ਠੀਕ ਰੇਟ 'ਤੇ, ਪਰ ਜਿਹੜੀ ਸਮਾਈ ਆ ਉਹ ਇਦੋਂ ਮਹਿੰਗੀ ਹੋਣੀ ਆ। ਸੋ ਇਸ ਕਰਕੇ ਨਾ ਜਦੋਂ ਵੀ ਤੁਸੀਂ ਦੇਖਿਓ ਆਹ ਜਿੱਦਾਂ ਸਿਆਣੇ ਬੰਦਿਆਂ ਲਈ ਜਾਂ ਹੋਰ ਆਪਾਂ ਕੋਟ ਪੈਂਟਾਂ ਦੇ ਲਈ ਕੱਪੜਾ ਲਿਜਾਣਾ ਹੁੰਦਾ, ਫਿਰ ਇੱਥੋਂ ਟਰਾਈ ਕਰੀਦਾ ਕਿ ਇੱਥੋਂ ਲੈ ਜਾਈਏ, ਹੈ ਨਾ। ਅਤੇ ਮਾਰਕੀਟ ਵਿੱਚ ਵਧੀਆ ਕੱਪੜਾ ਹੁੰਦਾ ਆ, ਪਰ ਇਹ ਆ ਕਿ ਸਮਾਈ ਇੱਥੇ ਮਹਿੰਗੀ ਪੈਂਦੀ ਆ। ਸੋ ਉਹ ਤੁਸੀਂ ਆਪਣੀ ਚੋਇਸ ਨਾਲ ਕਰ ਸਕਦੇ, ਉੱਦਾਂ ਹੁੰਦਾ ਉੱਦਾਂ ਚੱਲਣਸਾਰ ਹੁੰਦਾ। ਅਤੇ ਇੱਧਰ ਸੂਟਾਂ ਸਾਟਾਂ ਦੇ ਹੋਰ ਵੈਸੇ ਸਾਨੂੰ ਬੜਾ ਪਤਾ ਨਹੀਂ ਹੈਗਾ, ਇੱਧਰ ਇੱਧਰ ਹੈਗੇ ਸੂਟ ਵਗੈਰਾ, ਹੋਰ ਸਾੜੀਆਂ ਸੂੜੀਆਂ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਮਿਲ ਜਾਣਗੇ, ਸੂਟ ਸਾਰੇ ਮੈਚਿੰਗ ਵਾਲਾ ਹੀ ਆ, ਜਿਹੜਾ ਮਰਜ਼ੀ ਲੈ ਲਓ। ਮੈਡਮਾਂ ਦਾ ਚੱਕਰ ਨੇ ਬਾਬੇ, ਕਿੰਨੇ ਮਰਜ਼ੀ ਸੂਟ, ਹਾਂ ਕਿਉਂਕਿ ਆਪਣਾ ਬਈ ਬਲੌਗ ਕੁੜੀਆਂ ਵੀ ਦੇਖਦੀਆਂ, ਮੁੰਡੇ ਵੀ ਦੇਖਦੇ, ਹੈ ਨਾ, ਅਤੇ ਸਾਰੇ ਵੀ ਦੇਖਦੇ ਆ, ਅਤੇ ਸਾਰਿਆਂ ਦੇ ਨਾਲ ਇਕੁਅਲ ਓਪਰਚੁਨਿਟੀ ਹੋਣੀ ਚਾਹੀਦੀ ਆ। ਇੱਦਾਂ ਨਾ ਹੁਣ ਕਿ ਉਹ ਭਾਜੀ ਸਾਨੂੰ ਆਹ ਸੂਟ ਭੇਜਦੇ ਲੈ ਕੇ, ਹੈ ਨਾ, ਵੀ ਰੰਗ ਰੁੰਗ ਕਿਸੇ ਨੂੰ ਪਸੰਦ ਆ ਗਿਆ, ਇੱਥੇ ਆਉਣਾ ਪੈਣਾ ਤੁਹਾਨੂੰ, ਇਹ ਥੋੜ੍ਹੀ ਜਿਹੀ ਖੇਚਲ ਤੁਹਾਨੂੰ ਆਪ ਹੀ ਕਰਨੀ ਪੈਣੀ, ਹੈ ਨਾ, ਕੀ ਕਹਿੰਦਾ। ਆਹ ਸੂਟਾਂ ਦੀਆਂ ਬਈ ਹੋਰ ਵੀ ਹੈਗੀਆਂ ਦੁਕਾਨਾਂ ਇੱਥੇ, ਪੁੱਛੀਏ ਬੈਗ ਤੈਨੂੰ ਕਿੱਦਾਂ ਦਾ ਚਾਹੀਦਾ, ਆਪਾਂ ਤੈਨੂੰ ਡਿਸਕਾਊਂਟ ਦਵਾ ਦਿੰਦੇ ਹਾਂ, ਠੀਕ ਆ ਬੈਗ। ਅੱਛਾ ਵੀ ਦੋਸਤੋ, ਜੇ ਤੁਸੀਂ ਵੀ ਕਿਸੇ ਨੇ ਆਉਣਾ ਨਾ ਇੱਦਾਂ ਦਾ ਬੈਗ ਜਾਂ ਆਪਣਾ ਉਹ ਉੱਪਰਲਾ ਬੈਗ ਆ ਜਿਹੜਾ, ਉਹ ਤੁਹਾਨੂੰ ਲਿਆਉਣਾ ਚਾਹੀਦਾ, ਉਹਦਾ ਰੀਜ਼ਨ ਆ, ਦੋਏ ਲੈ ਉਹਦਾ ਰੀਜ਼ਨ ਆ, ਫੜੀ ਉਹਦਾ ਮੈਂ ਦੱਸਦਾ। ਜਿਹੜਾ ਉੱਦਾਂ ਦਾ ਬੈਗ ਹੋਊਗਾ ਨਾ, ਉਹਦਾ ਮਤਲਬ ਇਹ ਆ ਕਿ ਤੁਸੀਂ ਆਪਣਾ ਇਹਦੇ ਵਿੱਚ ਲੈਪਟੋਪ ਵੀ ਪਾ ਸਕਦੇ ਆ, ਤੁਸੀਂ ਉੱਦਾਂ ਕਿਤੇ ਘੁੰਮਣ ਫਿਰਨ ਜਾਣਾ ਆ ਜਾਂ ਕਿੱਦਾਂ, ਤਾਂ ਮੈਂ ਕਾਹਤੇ ਬੈਗ ਰੱਖਦਾ, ਠੀਕ ਆ, ਮੈਂ ਰੱਖਦਾ ਨਾ, ਇਹਦਾ ਰੀਜ਼ਨ ਆ, ਇਹਦੇ ਵਿੱਚ ਪਾਣੀ ਦੀ ਬੋਤਲ, ਤੁਹਾਡਾ ਥੋੜ੍ਹਾ ਬਹੁਤਾ ਖਾਣ ਪੀਣ ਦਾ, ਤੁਹਾਡਾ ਫੋਨ ਦਾ ਚਾਰਜਰ, ਅੱਜ ਕੱਲ੍ਹ ਜਿਹੜੀ ਜ਼ਰੂਰੀ ਚੀਜ਼ ਆ, ਹੈ ਨਾ, ਉਹ ਵੀ ਚਾਹੀਦੀ ਆ, ਅਤੇ ਕੈਮਰਾ ਸਿੱਧਾ ਰੱਖੋ ਜੀ, ਠੀਕ ਆ, ਅਤੇ ਉਹ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੁੰਦੀਆਂ। ਸੋ ਇੱਕ ਬੈਗ ਜ਼ਰੂਰ ਚਾਹੀਦਾ, ਅਤੇ ਲੈਪਟੋਪ ਕਿਸੇ ਨੇ ਕਈ ਵਾਰੀ ਪੁੱਛਦੇ ਹੁੰਦੇ, ਲੈਪਟੋਪ ਤੁਹਾਨੂੰ ਜ਼ਰੂਰ ਲਿਆਉਣਾ ਚਾਹੀਦਾ ਤੁਹਾਡੇ ਕੋਲ ਜਿਹੜਾ ਵੀ ਹੈਗਾ ਆ, ਉਹਦਾ ਮਤਲਬ ਇਹ ਆ ਕਿ ਤੁਸੀਂ ਲੈਪਟੋਪ ਆਪਣਾ ਯੂਜ਼ ਕਰੋ, ਜਦੋਂ ਤੋਂ ਤੁਸੀਂ ਥੋੜ੍ਹਾ ਜਿਹਾ ਪੈਰ ਲਾ ਲਏ ਉਸ ਤੋਂ ਬਾਅਦ 'ਚ ਨਵਾਂ ਲੈ ਲਓ, ਵਧੀਆ ਲੈ ਲਓ, ਜਾਂ ਨਹੀਂ ਲੋੜ ਹੈਗੀ ਛੱਡੋ, ਪਰ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਲੋੜ ਪੈਣੀ ਆ। ਮੁੰਡਿਆਂ ਦੇ ਕੁੜੀਆਂ ਦੇ ਸਾਰੇ ਤਰ੍ਹਾਂ ਦੇ ਹੈਗੇ ਆ, ਜੀ ਦੇਖ ਲਿਓ ਤੁਸੀਂ, ਆਹ ਸ਼ੋਪਿੰਗ ਦੀਆਂ ਟਰਾਲੀਆਂ ਹੁੰਦੀਆਂ, ਜਿਹੜੇ ਸਿਆਣੇ ਬੰਦੇ ਹੁੰਦੇ ਜਾਂ ਕਿੱਦਾਂ ਜਿਹਨਾਂ ਕੋਲ ਕਾਰ ਕੂਰ ਨਹੀਂ ਹੁੰਦੀ ਉਹ ਲੈ ਲੈਂਦੇ ਹੁੰਦੇ ਆ।
ਹਾਂ ਯਾਰ ਬੈਗ ਪਰਸ ਜਿਹਾ ਵੀ ਹੈਗੇ ਆ, ਇੱਦਾਂ ਦੇ ਪਰਸ ਬਹੁਤ ਚੱਲਦੇ ਇੱਥੇ। ਉਹਦਾ ਰੀਜ਼ਨ ਆ ਕਿ ਤੁਹਾਡੇ ਕੋਲ ਨਾ ਚੇਂਜ ਬਹੁਤ ਹੁੰਦੀ ਆ, ਸੋ ਜੈਪ ਵਾਲਾ ਪਰਸ ਇਹ ਵੀ ਵਧੀਆ ਚੀਜ਼ ਆ, ਆਪਸ਼ਨ ਆ, ਠੀਕ ਆ। ਛੋਟੇ ਛੋਟੇ ਬੈਗ ਵੀ ਹੈਗੇ ਆ, ਜਿਹੜਾ ਮਰਜ਼ੀ ਲੈ ਲਓ। ਦੇਖ ਲਓ ਬਈ, ਨੇਲ ਕਟਰ ਵਗੈਰਾ ਸਾਰੀਆਂ ਚੀਜ਼ਾਂ ਹੈਗੀਆਂ, ਜਿਹੜੀ ਵੀ ਤੁਸੀਂ ਲੈਣਾ ਚਾਹੋ, ਠੀਕ ਆ। ਅਤੇ ਰੇਟ ਰੂਟ ਆਪੇ ਦੇਖ ਲਿਓ। ਹੁਣ ਇੱਧਰ ਸੂਟ ਕੇ ਸਟੈਚੀ, ਇਹਦੀ ਤਾਂ ਤੁਹਾਨੂੰ ਲੋੜ ਨਹੀਂ, ਤੁਹਾਡੇ ਕੋਲ ਤਾਂ ਹਾਲੇ ਹੈਗੇ ਹੋਣੇ, ਹੈ ਨਾ। ਅਤੇ ਜਿਹੜੇ ਕਿਸੇ ਨੇ ਘੁੰਮਣ ਘੁੰਮਣ ਆਉਣਾ ਜਾਂ ਇੱਥੋਂ ਕਿਸੇ ਨੇ ਜਾਣਾ, ਉਹ ਲੈ ਸਕਦਾ ਇੱਥੋਂ। ਇਹ ਬੁੱਲ ਰਿੰਗ ਦੇ ਬਿਲਕੁਲ ਨਾਲ ਹੀ ਆ ਮਾਰਕੀਟ, ਉੱਥੋਂ ਆਹ ਚੁੰਨੀਆਂ ਚੰਨੀਆਂ ਹੋਰ ਆ ਗਈਆਂ, ਦੇਖੋ ਬੀਬੀਆਂ, ਠੀਕ ਹੈ। ਇੱਦਾਂ ਸ਼ੋਪਿੰਗ ਹੁੰਦੀ ਇੱਥੇ ਬੀਬੀਆਂ ਦੀ। ਹਾਂ ਬਈ, ਜੇ ਪਾਰਟੀ ਆ ਕੋਈ, ਘਰ ਦੇ ਵਿੱਚ ਪ੍ਰੋਗਰਾਮ ਆ, ਇੱਥੋਂ ਗਲਾਸ ਕੱਪ ਕੱਪ ਜੋ ਵੀ ਚਾਹੀਦਾ ਨਾ, ਭਾਂਡੇ ਟੀਂਡੇ ਚੱਕਵੇਂ ਜਿਹਨੇ ਨਹੀਂ ਮਾਂਜਣੇ ਉਹ ਇੱਥੋਂ ਲੈ ਸਕਦਾ। ਅਤੇ ਆਹ ਜਿਹੜੇ ਆਪਣੇ ਭਾਈ ਭਰਾ ਕਹਿੰਦੇ ਹੁੰਦੇ ਆ, ਇੱਕ ਪਾਉਣ ਦੇ ਪੰਜ ਆ ਇਹ, ਠੀਕ ਆ, ਚਮਚੇ ਲੱਕੜ ਦੇ ਆਹ ਕਹਿ ਲਓ ਜਾਂ ਪਲਾਸਟਿਕ ਦੇ ਕਹਿ ਲਓ। ਸੋ ਉਹ ਚੀਜ਼ਾਂ ਵੀ ਹੈਗੀਆਂ ਇੱਥੇ। ਆ ਪਾਉਣ ਦੇ ਦੋ ਆਲੂ ਛਿੱਲਣੇ ਹੈਗੇ ਆ, ਆਲੂ ਛਿੱਲ ਕੇ ਜੇ ਬਣਾਉਣੇ ਆ, ਕੈਂਚੀ ਓਪਨਰ ਸਾਰਾ ਕੁਛ ਹੀ ਮਿਲ ਜਾਂਦਾ। ਸੋ ਟੈਨਸ਼ਨ ਨਹੀਂ ਲੈਣੀ, ਵੇਲਣਾ। ਤੁਹਾਡੀ ਸ਼ੋਪ ਆ ਭਾਅ ਜੀ ਕਿੰਨੇ ਦੀ ਆ? 5 ਪਾਊਂਡ, 3 ਪਾਊਂਡ, ਆਹ 3 ਪਾਊਂਡ ਦਾ ਆ ਵੇਲਣਾ, ਠੀਕ ਆ। ਆਹ ਹੈਗਾ 5 ਪਾਊਂਡ ਦਾ। ਸੋ ਜੇ ਤੁਸੀਂ ਨਹੀਂ ਵੀ ਲਿਆਂਦਾ ਨਾ, ਕੋਈ ਵੱਡੀ ਗੱਲ ਨਹੀਂ ਹੈਗੀ, ਇੱਥੇ ਆਪਾਂ ਮਾਰਕੀਟ ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਲੈ ਸਕਦੇ ਹਾਂ, ਠੀਕ ਆ। ਆਹ ਬੋਤਲ ਹੁੰਦੀ ਆ, ਜਦੋਂ ਢੋਈ ਢਾਈ ਦੁਖਦੀ ਆ ਨਾ, ਬੰਦਾ ਇਹ 'ਚ ਗਰਮ ਪਾਣੀ ਪਾ ਕੇ ਤਾਂ ਰੱਖ ਲੈਂਦਾ। ਇੱਕ ਇਹਦੇ ਨਾਲ ਕੰਮ ਦੀ ਗੱਲ, ਵੈਸੇ ਤਾਂ ਆਪਣੀਆਂ ਸਾਰੀਆਂ ਹੀ ਕੰਮ ਦੀਆਂ ਗੱਲਾਂ ਹੁੰਦੀਆਂ। ਜਿਹੜੀ ਇਹਦੀ ਬੋਤਲ ਆ ਨਾ, ਇਹ ਥੋੜ੍ਹੀ ਜਿਹੀ ਥਿੱਕ ਹੁੰਦੀ ਆ ਰਬੜ, ਤਾਂ ਇਹ ਤੁਸੀਂ ਰਾਤ ਨੂੰ ਵੀ ਰੱਖ ਸਕਦੇ ਆ ਆਪਣੇ ਨਾਲ ਲਾ ਕੇ ਲੱਤ ਦੇ, ਜਿੱਥੇ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਠੰਡ ਲੱਗਦੀ ਆ ਜਾਂ ਹੈ ਨਾ ਉੱਦਾਂ ਦੁਖਦਾ ਆ। ਪਰ ਪਲੀਜ਼ ਅੱਗੇ ਪਿੱਛੇ ਜੇ ਹੈ ਨਾ ਥੋੜ੍ਹਾ ਟਾਈਮ ਹੋਇਆ, ਤਾਂ ਉਹ ਕਿਸੇ ਦੀ ਨਾ ਕੁੜੀ ਦੀ ਲੂਹ ਹੋ ਗਈ ਸੀ ਬੈਕ ਸਾਰੀ, ਉਹਦੀ ਬੈਕ ਦੁਖਦੀ ਸੀ, ਤਾਂ ਉਹਨੇ ਕੀ ਕੀਤਾ, ਦੁੱਧ ਵਾਲੀ ਬੋਤਲ ਦੇ ਵਿੱਚ ਨਾ ਖਾਲੀ ਕਰਕੇ ਪਾਣੀ ਬੋਇਲ ਕਰਕੇ ਪਾ ਲਿਆ। ਪਰ ਉਹ ਜਦੋਂ ਪਾਣੀ ਬੋਇਲ ਸੀਗਾ, ਤਾਂ ਥੋੜ੍ਹੇ ਚਿਰ ਬਾਅਦ ਨਾ ਉਹ ਬੋਤਲ ਪਾਟ ਗਈ, ਤਾਂ ਉਹਦੀ ਸਾਰੀ ਬੈਕ ਲੂਹ ਹੋ ਗਈ ਸੀ ਗਰਮ ਪਾਣੀ ਦੇ ਨਾਲ, ਕਿਉਂਕਿ ਪਾਣੀ ਰਿੱਝਦਾ ਰਿੱਝਦਾ ਸੀਗਾ। ਸੋ ਉਹ ਨਾ ਕਰਿਓ, ਗਿਆਨ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਪਰ ਉਹ ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਨੀ ਸੀ ਕਿ ਚੱਲ ਯਾਰ ਬੰਦੇ ਨੂੰ ਪਤਾ ਹੁੰਦਾ ਹੈ ਨਾ। ਅਤੇ ਆ ਜਾਓ ਅੱਗੇ ਚੱਲਦੇ ਆਪਾਂ। ਆਹ ਵੇਲਣੇ, ਫਰਾਈ ਪੈਨ, ਜੋ ਮਰਜ਼ੀ ਤੁਸੀਂ ਲੈ ਸਕਦੇ ਹਾਂ। ਆਹ 2 ਪਾਊਂਡ ਦਾ ਆ, ਆਹ 7 ਪਾਊਂਡ ਦਾ ਆ, ਤਵਾ ਜਿਹਾ ਇੱਥੇ, ਠੀਕ ਆ। ਅਤੇ ਕਿੱਦਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ ਇੱਥੋਂ, ਕੋਈ ਵੱਡੀ ਗੱਲ ਨਹੀਂ ਹੈਗੀ। ਆਹ ਕੰਬਲ ਛੋਟਾ 10-10 ਪਾਊਂਡਾਂ ਦੇ, ਅਤੇ ਬੈੱਡ ਸ਼ੀਟਾਂ ਵਗੈਰਾ ਸਾਰਾ ਕੁਛ ਮਿਲ ਜਾਂਦਾ, ਇੱਦਾਂ ਦੀ ਕੋਈ ਵਰੀ ਵਾਲੀ ਗੱਲ ਨਹੀਂ ਹੈਗੀ, ਠੀਕ ਆ। ਹੁਣ ਆਪਾਂ ਇੱਧਰ ਘੁੰਮਦੇ ਹਾਂ, ਗੱਡੀ ਮੋੜ ਲਈਏ। ਆਹ ਤੌਲੀਏ ਹੈ ਨਾ, ਤੌਲੀਏ, ਟੋਪੀਆਂ, ਜਰਾਬਾਂ, ਪੌਣ ਪੌਣ ਦੀ ਆ ਬਈ ਇੱਕ, ਅਤੇ ਆਹ ਗਲਵਜ਼ ਆ, ਠੀਕ ਆ, 2 ਪਾਊਂਡਾਂ ਦੇ ਆ ਇਹ। ਅਤੇ ਆਹ ਹੈਗਾ ਜੀ ਝਾਵਾਂ, ਜੇ ਕਿਸੇ ਨੂੰ ਝਾਵਾਂ ਚਾਹੀਦਾ ਨਾ, ਇੱਥੇ ਮਿਲ ਜਾਂਦਾ ਆ। ਅਤੇ ਬਾਕੀ ਚੀਜ਼ਾਂ ਤੁਸੀਂ ਸਾਰੀਆਂ ਦੇਖ ਸਕਦੇ ਹਾਂ ਇੱਥੇ, ਸਰ੍ਹੋਂ ਦਾ ਤੇਲ ਵੀ ਪਿਆ ਆ, E45 ਕਰੀਮ ਵੀ ਪਈ ਆ, ਅਤੇ ਹਰ ਚੀਜ਼ ਹੈਗੀ ਆ। ਆਹ ਵੈਸਲੀਨ ਵੀ ਹੈਗੀ ਆ, ਸ਼ੈਂਪੂ ਸ਼ੂੰਪੂ, ਆਹ ਸਾਬਣ ਲੱਕੜੀ ਵਰਗਾ ਜਿਹੜਾ ਹੁੰਦਾ ਉਹ ਆ ਹਨਾ। ਸੋ ਪ੍ਰਾਈਜ਼ ਲਿਖਿਆ ਹੋਇਆ ਆ, ਆਓ ਅਤੇ ਚੱਕ ਲਓ। ਕਲੀਨਿੰਗ ਦਾ ਸਮਾਨ ਸਾਰਾ ਕੁਛ, ਕਸਟਮਾਈਜ਼ ਆਪਣਾ ਸਾਰਾ ਹੈ, ਕਸਟਮਾਈਜ਼ ਜਿਹੜਾ ਆਪਣਾ ਹੁੰਦਾ ਹੈਗਾ ਉਹੀ ਉਹੀ ਲਾ ਬਾਬਾ ਕੋਸਮੈਟਿਕ ਕੋਸਮੈਟਿਕ, ਹਾਂਜੀ ਹਾਂਜੀ, ਆਹੀ ਆਹੀ ਜਿਹੜੀ ਤੁਸੀਂ ਕਹਿੰਦੇ ਸੀ ਕੱਲ੍ਹ, ਆਹ ਜਿਹੜੀਆਂ ਭਾਂਡੇ ਕੱਪੜੇ ਧੋਣ ਨੂੰ, ਹੋਰ ਚੀਜ਼ਾਂ ਧੋਣ ਨੂੰ, ਉਹ ਚੀਜ਼ਾਂ ਹੈਗੀਆਂ ਇੱਥੇ। ਹਾਂਜੀ, ਉੱਧਰੋਂ ਬੋਲਰਿੰਗ ਦੇ ਕੋਲੋਂ ਤੁਸੀਂ ਆਉਂਦੇ ਹੋ ਨਾ, ਸਿਰਫ 2 ਮਿੰਟ ਦੀ ਵੋਕ ਨਹੀਂ ਹੋਣੀ, ਜ਼ਿਆਦਾ ਦੂਰ ਨਹੀਂ ਹੈਗਾ, ਅਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੋਂ ਲੈ ਸਕਦੇ ਹਾਂ, ਖਰੀਦ ਸਕਦੇ ਹਾਂ, ਭਾਅ ਪਤਾ ਕਰ ਸਕਦੇ ਹਾਂ, ਅਤੇ ਠੀਕ ਠੀਕ ਪ੍ਰਾਈਜ਼ 'ਤੇ ਤੁਹਾਨੂੰ ਮਿਲ ਜਾਂਦੀਆਂ, ਠੀਕ ਆ। ਇਹੀ ਸੀਗਾ ਅੱਜ ਦਾ ਵੀਡੀਓ, ਅਤੇ ਤੁਸੀਂ ਪੁੱਛਿਆ ਨਾ, ਹਾਂਜੀ, ਸਾਡਾ ਚੈਨਲ ਬਾਈ ਦਾ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਲਾਈਕ ਬਟਨ ਅਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਓ। ਨਹੀਂ ਦੱਬਣਾ ਤਾਂ ਵੀ ਕੋਈ ਗੱਲ ਨਹੀਂ, ਤੁਹਾਡੀ ਆਪਣੀ ਖੁਸ਼ੀ ਆ ਨਾ, ਕੋਈ ਧੱਕਾ ਨਹੀਂ ਹੋਣਾ ਕਿਸੇ ਦਾ, ਠੀਕ ਹੈ। ਸਾਡਾ ਤਾਂ ਧੱਕਾ ਚੱਲਦਾ, ਪਰ ਤੁਹਾਡਾ ਨਹੀਂ ਚੱਲਣਾ ਚਾਹੀਦਾ। ਨਾ ਹੀ ਭਰਾਵਾ, ਆਪਾਂ ਕਿਹੜਾ ਸਿੱਧੂ ਮੂਸੇ ਵਾਲਾ ਆ, ਠੀਕ ਹੈ, ਅਤੇ ਪਿਆਰ ਦੇ ਨਾਲ ਹੀ ਆ। ਅਤੇ ਜੇ ਇੱਦਾਂ ਦੇ ਵੀਡੀਓ ਹੋਰ ਦੇਖਣੇ ਹੁੰਦੇ ਆ, ਫਿਰ ਕਰ ਲਿਓ, ਨਹੀਂ ਕਰਨਾ ਤਾਂ ਵੀ ਕੋਈ ਗੱਲ ਨਹੀਂ, ਆਪਣਾ ਕਿਹੜਾ ਕੋਈ ਗੁੱਸਾ ਗਲਾਇਆ ਕਿਸੇ ਦੇ ਨਾਲ, ਇਟਸ ਓਨਲੀ ਫੋਰ ਫਨ, ਯਾ ਯੋ ਮਨ, ਯੋ ਯੋ ਫਨ, ਤੇ ਭਰਾਵਾ ਇੰਡੀਆ ਤੋਂ ਆਉਣ ਲੱਗੇ ਨਾ, ਜਿਹੜੀਆਂ ਆਪਣੀਆਂ ਕਾਸਟ ਕੁਸਟ ਹੁੰਦਾ ਨਾ, ਇਹ ਸਭ ਕੁਝ ਡਿਲੀਟ ਕਰਕੇ, ਉੱਤੇ ਸਾਰੇ ਇਕੁਅਲ ਆਏ, ਕੋਈ ਕਿਸੇ ਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ, ਆਪਦੇ ਕੰਮ ਤੱਕ ਮਤਲਬ ਆ, ਸਾਰੇ ਇਕੁਅਲ ਆ, ਇਹ ਕਾਸਟ ਵਾਲਾ ਡਿਲੀਟ ਕਰਾਇਆ, ਠੀਕ ਹੈ। ਅਤੇ ਇਹੀ ਸੀਗਾ ਸਾਡੇ ਵੱਲੋਂ ਜੀ, ਚੰਗਾ, ਕਈ ਵਾਰੀ ਕੋਈ
ਚੀਜ਼ ਦੀ ਪ੍ਰਾਈਜ਼ ਵੱਧ ਘੱਟ ਹੋ ਜਾਂਦੀ ਆ, ਕੋਈ ਗੱਲ ਨਹੀਂ ਕਹਿਣ ਵਾਲੀ ਹੁੰਦੀ, ਉਹ ਤੈਅ ਹੋ ਜਾਂਦੀ ਹੈ ਅੱਗੇ ਪਿੱਛੇ ਕੋਈ ਹੁੰਦਾ, ਅਤੇ ਉਹਦੇ ਲਈ ਅੱਖਰ ਵਾਧਾ ਘਾਟਾ ਭੁੱਚਕ ਮਾਫ਼ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਚੰਗਾ ਜੀ।